ਫਰੀਦਕੋਟ ਦੇ ਵਿੱਚੋਂ ਲੰਘਦੀ ਆ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰ ਦੀ ਵਿਚਕਾਰ ਦੀ ਪਟੜੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਟੁੱਟ ਚੁੱਕੀ ਹੈ ਅਤੇ ਜਿਸ ਵਿੱਚ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਸੀ। ਪਰ ਜੇਕਰ ਹੁਣ ਪ੍ਰਸ਼ਾਸਨ ਵੱਲੋਂ ਗੌਰ ਨਾ ਕੀਤਾ ਗਿਆ ਤਾਂ ਫਰੀਦਕੋਟ ਵੱਲ ਪਾਣੀ ਨੂੰ ਆਉਣ ਤੋਂ ਰੋਕਣਾ ਬੇਹੱਦ ਮੁਸ਼ਕਲ ਹੋਵੇਗਾ। ਤਾਜ਼ਾ ਮਾਮਲਾ ਫਰੀਦਕੋਟ ਵਿੱਚੋਂ ਲੰਘਦੀ ਸਰਹੰਦ ਫੀਡਰ ਨਹਿਰ ਦਾ ਹੈ। ਨਹਿਰ ਦਾ ਕਿਨਾਰਾ ਆਬਾਦੀ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ ਹੈ ਅਤੇ ਪਾਣੀ ਦੀ ਮਾਤਰਾ ਵੀ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ, ਜਿਸ ਕਰਕੇ ਨਾਲ ਲੱਗਦੇ ਫਰੀਦਕੋਟ ਸ਼ਹਿਰ ਦੇ ਲੋਕਾਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਨਹਿਰ ਵੱਲ ਕੋਈ ਵੀ ਧਿਆਨ ਨਾ ਦਿੱਤਾ ਗਿਆ ਤਾਂ ਪਾਣੀ ਫਰੀਦਕੋਟ ਵੱਲ ਨੂੰ ਕਦੇ ਵੀ ਟੁੱਟ ਸਕਦਾ ਹੈ ਅਤੇ ਅਜਿਹੇ ਵਿੱਚ ਪਾਣੀ ਨੂੰ ਰੋਕਣਾ ਬੇਹੱਦ ਮੁਸ਼ਕਲ ਹੋਵੇਗਾ। ਦੂਜੇ ਪਾਸੇ ਨਹਿਰ ਦਾ ਚਹਿਲ ਵੱਲ ਨੂੰ ਜਾਂਦਾ ਪੁਲ ਵੀ ਆਪਣੇ ਬੇਹੱਦ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੁਲ ਦਾ ਇੱਕ ਹਿੱਸਾ ਕਰੀਬ 1.5 ਫੁੱਟ ਥੱਲੇ ਦੱਬ ਚੁੱਕਿਆ ਹੈ ਅਤੇ ਜੇਕਰ ਪੁਲ ਟੁੱਟ ਜਾਂਦਾ ਹੈ ਤਾਂ ਪਾਣੀ ਨੂੰ ਜਦੋਂ ਤੱਕ ਰੋਕਿਆ ਜਾਵੇਗਾ ਉਦੋਂ ਤੱਕ ਨਹਿਰ ਦਾ ਪਾਣੀ ਫਰੀਦਕੋਟ ਸ਼ਹਿਰ ਨੂੰ ਤਬਾਹ ਕਰ ਚੁੱਕਿਆ ਹੋਵੇਗਾ। ਇਸ ਕਰਕੇ ਇਕੱਠੇ ਹੋਏ ਆ ਸਾਰੇ ਇਸ ਗ੍ਰੀਨ ਐਵਨਿਊ ਕਲੋਨੀ ਦੇ ਨਿਵਾਸੀ ਕਿ ਇਹ ਨਹਿਰ ਜਿਹੜੀ ਹੈ ਬਿਲਕੁਲ ਇਹਦਾ ਜਿਹੜਾ ਪਾਣੀ ਆ ਉਹ ਪਰੜੀ ਦੇ ਬਰਾਬਰ ਵਹਿ ਰਿਹਾ ਅਤੇ ਉਸ ਵਹਿਣ ਕਾਰਨ ਇਹ ਕਦੋਂ ਵੀ ਜਾਨੀ ਨੁਕਸਾਨ ਹੋ ਸਕਦਾ ਅਤੇ ਅਸੀਂ ਇਹ ਚਾਹੁੰਦੇ ਹਾਂ, ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਅਤੇ ਆਪਣੇ ਡਿਪਾਰਟਮੈਂਟ ਨੂੰ ਵੀ, ਨਹਿਰੀ ਵਿਭਾਗ ਨੂੰ ਵੀ ਉਹ ਆ ਕੇ ਇਸ ਦਾ ਤੁਰੰਤ ਜਿਹੜਾ ਹੱਲ ਆ ਉਹ ਲੱਭਣ ਦੀ ਕੋਸ਼ਿਸ਼ ਕਰਨ ਅਤੇ ਨਹੀਂ ਫਿਰ ਸਾਡੀ ਜਿਹੜੀ ਕਲੋਨੀ ਦੇ ਵਾਸੀ ਹੈ ਉਹ ਇਹ ਮਜਬੂਰ ਹੋ ਜਾਣਗੇ ਧਰਨੇ ਲਾਉਣ ਲਈ ਅਤੇ ਚੱਕਾ ਜਾਮ ਕਰਨ ਲਈ। ਅਸੀਂ ਗ੍ਰੀਨ ਐਵੀਨਿਊ ਖੱਬੇ ਪਾਸੇ ਦੇ ਨਿਵਾਸੀ ਨਹਿਰ ਦੇ ਕਿਨਾਰੇ 'ਤੇ ਇਕੱਠੇ ਹੋਏ ਹਾਂ ਅਤੇ ਨਹਿਰ ਬਰਸਾਤ ਦਾ ਮੌਸਮ ਕਰਕੇ ਬਹੁਤ ਜ਼ਿਆਦਾ ਭਰੀ ਹੈ ਅਤੇ ਇਹ ਕਈ ਥਾਵਾਂ ਤੋਂ ਇੰਨੀ ਖਸਤਾ ਹਾਲਤ ਹੋ ਚੁੱਕੀ ਹੈ ਵੀ ਕਿਸੇ ਵੇਲੇ ਵੀ ਇਹਦਾ ਪਾਣੀ ਜਿਹੜਾ ਉਹ ਨਹਿਰ ਦੀ ਪਟੜੀ 'ਚ ਫਲੋ ਕਰਕੇ ਅਤੇ ਇੱਕ ਬਹੁਤ ਵੱਡੀ ਆਬਾਦੀ ਹੈ ਅਤੇ ਅੱਗੋਂ ਸ਼ਹਿਰ ਨਵਾਉਣ ਵਾਲੇ ਪਾਸੇ ਹੈ ਅਤੇ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ। ਸਰਕਾਰ ਦੇ ਕਿਸੇ ਵੀ ਅਧਿਕਾਰੀ ਕਰਮਚਾਰੀ ਦਾ ਇਹਦੇ ਵੱਲ ਕੋਈ ਵੀ ਧਿਆਨ ਨਹੀਂ, ਚਹਿਲ ਪੁਲ ਤੋਂ ਲੈ ਕੇ ਜਿਹੜਾ ਪਾਣੀ ਹੈ ਉਹਦਾ ਸਾਰਾ ਫਲੋ ਇੱਧਰ ਨੂੰ ਆਉਂਦਾ, ਚਹਿਲ ਪੁਲ ਵੀ ਦੱਬ ਚੁੱਕਿਆ, ਉਹ ਕਿਸੇ ਵੇਲੇ ਵੀ ਉੱਥੇ ਵੱਡਾ ਹਾਦਸਾ ਵਾਪਰ ਸਕਦਾ। ਫਿਰ ਸਰਕਾਰ ਭੋਗਾਂ 'ਤੇ ਪੈਸੇ ਦਿੰਦੀ ਹੈ, ਉਦੋਂ ਪਹਿਲਾਂ ਉਹ ਰਿਪੇਅਰ 'ਤੇ ਪੈਸੇ ਲਾਉਣਾ ਪਸੰਦ ਨਹੀਂ ਕਰਦੇਗੀ ਔਰ ਵੱਡਾ ਨੁਕਸਾਨ ਝੱਲਣ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਅਤੇ ਸਰਕਾਰ ਦੀ ਜਿਹੜੀ ਇਹਦੇ ਨਾਲ ਬਦਨਾਮੀ ਹੁੰਦੀ ਹੈ ਬਿਨਾਂ ਵਜ੍ਹਾ ਅਧਿਕਾਰੀਆਂ ਕਰਕੇ। ਇਹ ਜਿਹੜੇ ਨਹਿਰ ਦੇ ਅਧਿਕਾਰੀ ਆ ਬਿਲਕੁਲ ਨਹਿਰ 'ਤੇ ਗੇੜਾ ਨਹੀਂ ਮਾਰਦੇਗੇ, ਨਹਿਰ ਬਿਲਕੁਲ ਜਦੋਂ ਪਾਣੀ ਜ਼ਿਆਦਾ ਹੁੰਦਾ ਮੀਂਹ ਦੇ ਵਿੱਚ ਨਹਿਰ ਦਾ ਪਾਣੀ ਪਟੜੀ 'ਤੇ ਆ ਜਾਂਦਾ, ਅਸੀਂ ਅੱਗੇ ਬੋਰੀਆਂ ਲਾ ਕੇ ਉਸ ਪਾਣੀ ਨੂੰ ਰੋਕਦੇ ਹਾਂ। ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਹਦਾ ਤੁਰੰਤ ਹੱਲ ਲੱਭਿਆ ਜਾਵੇ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਤਲਵੱਡੀ ਰੋਡ ਤੇ ਉਪ ਮੁੱਖ ਮੰਤਰੀ ਵੱਲੋਂ ਰੱਖੇ ਗਏ ROB ਦਾ ਜੇ ਕੰਮ ਸ਼ੁਰੂ ਹੁੰਦਾ ਤਾਂ ਫਰੀਦਕੋਟ ਤੋਂ ਸ਼੍ਰੀ ਅੰਮ੍ਰਿਤਸਰ ਨੂੰ ਜਾਣ ਵਾਲੇ ਸਾਰੇ ਟ੍ਰੈਫਿਕ ਨੂੰ ਵੀ ਇਸ ਪੁਲ ਉੱਪਰ ਦੀ ਹੀ ਲੰਘਣਾ ਪਵੇਗਾ ਅਤੇ ਇਹ ਪੁਲ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ। ਬਹੁਤ ਬੁਰਾ ਹਾਲ ਆ ਨਹਿਰ ਦਾ ਵੀ ਤੇ ਨਾਲ ਦੀ ਨਾਲ ਹੀ ਜਿਹੜਾ ਮੇਨ ਪੁਲ ਆ ਜਿਹੜਾ ਸਿੱਧਾ ਚਹਿਲ ਰੋਡ ਦੇ ਉੱਪਰ ਪੁਲ ਬਣਿਆ ਜਿਹੜਾ ਸਿੱਧਾ ਸ਼ਹਿਰ ਨੂੰ ਵੀ ਜਾਂਦਾ ਅਤੇ ਉਧਰੋਂ ਨੈਸ਼ਨਲ ਹਾਈਵੇ ਨੂੰ ਵੀ ਜੁੜਦਾ। ਇਹ ਐਡਾ ਮੇਨ ਪੁਲ ਆ ਸ਼ਹਿਰ ਦਾ, ਇਹਦੀ ਹਾਲਤ ਐਡੀ ਬੁਰੀ ਹੋ ਚੁੱਕੀ ਆ ਕਿ ਘੱਟੋ ਘੱਟ ਵੀ ਆ ਜਿਹੜੀ ਸਾਈਡ 'ਤੇ ਖਲੋਤੇ ਅਸੀਂ ਗੱਲ ਕਰ ਰਹੇ ਹਾਂ, ਇੱਥੋਂ 1.5 ਫੁੱਟ ਥੱਲੇ ਦੱਬ ਚੁੱਕਾ ਪੁਲ ਹੈ। ਇੱਥੋਂ ਹੈਵੀ ਵਹੀਕਲ ਜਿੰਨੇ ਵੀ ਲੰਘਦੇ ਆ ਕਿਸੇ ਟਾਈਮ ਵੀ ਥੱਲੇ ਸਿੱਧਾ ਮਤਲਬ ਪੁਲ ਜਿਹੜਾ ਥੱਲੇ ਨਹਿਰ 'ਚ ਗਿਰ ਸਕਦਾ, ਉਹ ਗਿਰਨ ਦੇ ਨਾਲ ਜਿਹੜੇ ਪਿੱਲਰ ਆ ਬੁਰੀ ਤਰ੍ਹਾਂ ਬੈਠ ਚੁੱਕੇ ਆ ਔਰ ਐਡੀ ਤਰਾਸਦੀ ਆ ਸਰਕਾਰ ਦੀ। ਮੈਂ ਕਹਿੰਦਾ ਕਿ ਯਾਰ ਪਹਿਲਾਂ ਵੀ ਦੱਸ ਚੁੱਕੇ ਹਾਂ ਪਰ ਕੋਈ ਸਰਕਾਰ ਨੇ ਧਿਆਨ ਨਹੀਂ ਦਿੱਤਾ, ਸਾਡਾ ਪ੍ਰਸ਼ਾਸਨ ਮੈਂ ਕਹਿੰਦਾ ਕਿ ਇਹਨਾਂ ਦੇ ਲਾਇਕ ਹੋ ਚੁੱਕਾ ਕਿ ਜਦੋਂ ਘਟਨਾ ਵਾਪਰਦੀ ਉਹ ਬਾਅਦ 'ਚ ਜਗਦਾ। ਹਾਲਾਂਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਅਖਬਾਰਾਂ 'ਚ ਪਰ ਦੁਬਾਰਾ ਫਿਰ ਹੁਣ ਆਪਦੇ ਲੈਵਲ ਦੇ ਨਾਲ ਅਧਿਕਾਰੀ ਕੋਈ ਨਹੀਂ ਆਇਆ ਕੋਈ ਵੀ, ਅਸੀਂ ਇੱਥੋਂ ਦੇ ਵਾਸੀ ਜਿਹੜੇ ਗ੍ਰੀਨ ਐਵਨਿਊ ਦੇ ਪੁਰਜ਼ੋਰ ਅਪੀਲ ਕਰਦੇ ਹਾਂ, ਮਤਲਬ ਸਰਕਾਰ ਨੂੰ ਵੀ ਦੱਸਦੇ ਵੀ ਹਾਂ ਕਿ ਜਲਦੀ ਤੋਂ ਜਲਦੀ ਅਧਿਕਾਰੀ ਜਿਹੜੇ ਆਪਦੇ ਆ ਜਾਂ ਸਰਕਾਰ ਖੁਦ ਆ ਕੇ ਡਿਪਟੀ ਕਮਿਸ਼ਨਰ ਸਾਹਿਬ ਆ ਕੇ ਵੇਖਣ ਕਿ ਐਡੀ ਬੁਰੀ ਹਾਲਤ ਬਹੁਤ ਵੱਡੀ ਘਟਨਾ ਜਿਹੜੀ ਵਾਪਰ ਸਕਦੀ ਹੈ। ਓਵਰ ਫਲਾਈ ਉੱਧਰ ਕੇ ਬੰਨਾ ਜਾਂ ਆਰਓ ਸਿਸਟਮ ਜਿਹੜਾ ਤਲਵੰਡੀ ਰੋਡ 'ਤੇ ਬਣ ਰਿਹਾ ਉਹਦੇ ਨਾਲ ਜਿਹੜਾ ਟ੍ਰੈਫਿਕ ਇੱਥੇ ਹੋਰ ਵੀ ਵਧਣਾ ਔਰ ਜਿਸ ਤਰ੍ਹਾਂ ਦੀ ਜਿਵੇਂ ਇਹਦੀ ਖਸਤਾ ਹਾਲਤ ਆ ਅਗਰ ਇਹ ਡਿੱਗਦਾ ਤਾਂ ਇਹਦੀ ਹਾਲਤ ਵੇਖ ਲਓ ਕੀ ਬਣੂਗੀ ਇੱਥੇ। ਹੁਣ ਅਜਿਹੇ ਵਿੱਚ ਫਰੀਦਕੋਟ ਦੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਜਦੋਂ ਮੀਡੀਆ ਨੇ ਇਹ ਸਾਰਾ ਮਾਮਲਾ ਲਿਆਂਦਾ ਤਾਂ ਉਹਨਾਂ ਵੱਲੋਂ ਮੀਟਿੰਗ ਕਰਕੇ ਇਸ ਪੁਲ ਤੇ ਭਾਰੀ ਵਾਹਨਾਂ ਦਾ ਆਉਣਾ ਬੰਦ ਕਰਨ ਲਈ ਗਾਰਡਰ ਲਵਾਉਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਇੱਕ ਨਵੇਂ ਪੁਲ ਬਣਾਏ ਜਾਣ ਦੀ ਗੱਲ ਵੀ ਕਹੀ ਹੈ। ਚਹਿਲ ਪਿੰਡ ਵੱਲ ਜਾਂਦੀ ਜਿਹੜੀ ਸੜਕ ਹੈ ਉਹਦੇ ਉੱਤੇ ਜਿਹੜੀ ਉਹ ਸਰਹੰਦ ਫੀਡਰ ਨਹਿਰ ਹੈ ਉਹਦੇ ਉੱਤੇ ਜਿਹੜਾ ਪੁਲ ਹੈ ਉਹ ਪੁਲ ਦਾ ਇੱਕ ਕਿਨਾਰਾ ਥੋੜ੍ਹਾ ਇਹਨਾਂ ਜਿਹੜਾ ਸਲੈਬ ਹੈ ਥੋੜ੍ਹਾ ਇਹਨਾਂ ਆਪਣੀ ਜਗ੍ਹਾ ਤੋਂ ਹਿੱਲ ਗਿਆ ਹੈ। ਇਹ ਮੁੱਦਾ ਸਾਡੇ ਕੋਲ ਗ੍ਰੇਵਸਿਸ ਕਮੇਟੀ ਜਿਹੜੀ ਮੀਟਿੰਗ ਸੀਗੀ ਉਹਦੇ 'ਚ ਉਠਾਇਆ ਗਿਆ ਸੀਗਾ। ਮੈਂ ਫਿਰ ਜਾ ਕੇ ਐਕਸੀਅਨ ਇਰੀਗੇਸ਼ਨ ਦੇ ਨੁਮਾਇੰਦੇ ਨਾਲ, ਮਿਊਂਸਪਲ ਕਮੇਟੀ ਦੇ ਆਫਿਸਰ ਨਾਲ, ਪੰਡੀ ਬੋਰਡ ਦੇ ਐਕਸੀਅਨ ਨਾਲ ਐਂਡ PWD ਦੇ ਜਿਹੜੇ ਆਫਿਸਰ ਨਾਲ ਉਹਨਾਂ ਦੇ ਨਾਲ ਜਾ ਕੇ ਮੌਕਾ ਦੇਖਿਆ। ਵਾਕਈ ਹੀ ਥੋੜ੍ਹਾ ਨਾਲ ਤਾਂ ਉਹ ਜ਼ਰੂਰ ਹਿੱਲਿਆ ਹੈ, ਲੇਕਿਨ ਹਾਲੇ ਉਹ ਕਹਿ ਰਹੇ ਸੀ ਕਿ ਹਾਲੇ ਇਹਨੂੰ ਅਸੀਂ ਅਨਸੇ ਤਾਂ ਨਹੀਂ ਕਹਿ ਸਕਦੇ ਲੇਕਿਨ ਪ੍ਰੀਕੋਸ਼ਨ ਮੇਜਰਸ ਦੀ ਬਹੁਤ ਜ਼ਰੂਰਤ ਹੈ ਅਤੇ ਉਹਨਾਂ ਨੂੰ ਮੈਂ ਕਹਿ ਦਿੱਤਾ ਕਿ ਇੱਥੇ ਗਾਰਡਰ ਲਗਾ ਕੇ
हैवी वहीकल जो हैवी वहीकल का ट्रैफिक है वह तो बिल्कुल बंद कर दिया जाए। तो इन जो इरीगेशन डिपार्टमेंट के जोड़े इस फीडर लुकअप्टर करते ऑफिसर उन्होंने दसाया कि इस थान पर एक नवा पुल बनाने का ऑलरेडी उन्होंने एसटीपीटी पास हो गया है तो बहुत जल्द इतने एक नवा पुल भी उतारा जाएगा। फरीदकोट तो जगतार दोसांझ की रिपोर्ट पैरेदा टीवी।